सलाम वालेकुम सलाम। जी आया ना जनाब, खैर जी? किधर आए हो? मलेशिया तो मैनू तो हो गए 2 महीने। आओ तो मुझे पता है, तो तुम ये गल्ला ही सुनाओ सानू। चोर साहब की गल्ला सुनानी ने। अल्लाह का बड़ा ही करम है, शुक्र है, बड़ा ही शुक्र है। अल्लाह वड्डे बोल तो बचाए तो बुरे वक्त तो बचाए। बिल्कुल जी बिल्कुल। ते तुहाडा भरा फिर के आया है? जिहड़े एजाज तुहाडे भरा नूं हासिल होए ने, शायद ही किसी पाकिस्तानी फनकार नूं वो हासिल होए हो। अच्छा जी। हाँ जी सर, मलेशिया मैं गया, मेरा शागिर्द हुंदा उत्थे समान झंडा। अच्छा अच्छा। डॉन है उत्थे? अच्छा डॉन है। हाँ जी, दो ही डॉन ने उत्थे, एक कैराबैल, कैराबैल जिहड़ा वो तामल है, ते दूसरा डॉन है मेरा शागिर्द झंडा। कैराबैल? हाँ जी। ए ना है उहदा? हाँ जी तामल है। तामल? अच्छा तामल। हाँ जी। ਉਹ ਵੱਡੀਆਂ ਗੱਡੀਆਂ ਤੇ ਫਿਰ ਪੂਰੇ ਮੈਂ ਸਮਝ ਗਿਆ, ਬਦਮਾਸ਼ ਜਿਹੜੇ ਹੁੰਦੇ ਨੇ। ਨਹੀਂ ਬਦਮਾਸ਼ ਨਹੀਂ, ਡਾਊਨ। ਡਾਊਨ ਕੀ? ਬਦਮਾਸ਼ ਤੇ ਹੁੰਦੇ ਨਾ ਜਿਹੜੇ ਹੱਥੀ ਲੜਦੇ ਨੇ, ਇਹ ਸਿਰਫ ਆਰਡਰ ਕਰਦੇ ਨੇ। ਅੱਛਾ ਵੱਡੇ ਬਦਮਾਸ਼। ਵੱਡੇ ਬਦਮਾਸ਼ ਨਹੀਂ, ਡਾਊਨ। ਡਾਊਨ ਡਾਊਨ ਜੀ ਡਾਊਨ। ਹਾਂਜੀ ਡਾਊਨ। ਤੇ ਉਹ ਹੋਇਆ ਕੀ ਕਿ ਇੱਕ ਦਿਨ ਜਾਣਾ ਪੈ ਗਿਆ ਸਾਨੂੰ ਨਾ, ਸਿੰਗਾਪੁਰ ਜਾਣਾ ਸੀ ਉਹਨੇ ਝੰਡੇ ਨੇ ਨਾ। ਅੱਛਾ। ਤੇ ਉਹ ਮੈਂ ਵੀ ਚਲਾ ਗਿਆ ਨਾਲ ਬਾਰਡਰ ਤੇ ਨਾ, ਉੱਥੋਂ ਹੈਗਾ ਕੋਈ 7 ਘੰਟੇ ਦਾ ਸਫ਼ਰ ਨਾ ਬਾਈ ਰੋਡ। ਅਸੀਂ ਚਲੇ ਗਏ ਮਜ਼ੇ ਮਜ਼ੇ 'ਚ, ਰਸਤੇ 'ਚ ਪਾਮ ਆਇਲ ਵੇਖਦੇ ਗਏ, ਸਾਰੀ ਜ਼ਿੰਦਗੀ ਸਮੁੰਦਰ 'ਤੇ ਮਜ਼ੇ ਲੈ ਕੇ, ਅਤੇ ਅਸੀਂ ਸਿੰਗਾਪੁਰ ਪਹੁੰਚ ਕੇ। ਹੁਣ ਗਏ ਕਾਹਦੇ ਸਿੰਗਾਪੁਰ? ਗੱਡੀ 'ਤੇ ਗਏ? ਗੱਡੀ 'ਤੇ। ਅੱਛਾ, ਗੱਡੀ ਜਾਂਦੀਆਂ ਨੇ ਉੱਥੇ, ਵੀਜ਼ਾ ਨਹੀਂ ਲਵਾਉਣਾ ਪੈਂਦਾ? ਸਰ ਵੀਜ਼ਾ ਲਵਾਉਣਾ ਪੈਂਦਾ ਨਾ, ਮੈਂ ਤੁਹਾਨੂੰ ਦੱਸਣਾ, ਜਦੋਂ ਅਸੀਂ ਉੱਥੇ ਪਹੁੰਚ ਗਏ ਨਾ, ਅਤੇ ਉਹ ਜਿਹੜੀ ਬਾਈ ਰੋਡ ਇਮੀਗ੍ਰੇਸ਼ਨ ਹੈ, ਇਮੀਗ੍ਰੇਸ਼ਨ, ਉੱਥੇ ਅਸੀਂ ਪਹੁੰਚੇ, ਅਤੇ ਮੈਂ ਤਾਂ ਆਪਣਾ ਪਾਸਪੋਰਟ ਲੈ ਕੇ ਨਹੀਂ ਗਿਆ ਸਾਂ। ਤੇ ਉਹ ਉੱਥੇ ਜਦੋਂ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੇ, ਹੁਣ ਮੈਂ ਵਾਪਸ ਹੋਣਾ ਸੀ। ਅੱਛਾ ਅੱਛਾ। ਦੋਸਤਾਂ ਦੇ ਨਾਲ ਤੇ ਜੰਡਾ ਸਾਹਿਬ ਨੇ ਅੱਗੇ ਲੰਘ ਜਾਣਾ ਸੀ। ਬਿਲਕੁਲ ਸਹੀ। ਉਹ ਨਾ ਖੁਦਾ ਦਾ ਕਰਨਾ ਇਹ ਹੋਇਆ ਕਿ ਕਾਊਂਟਰ ਤੇ ਨਾ ਇੱਕ ਬਜ਼ੁਰਗ ਔਰਤ ਬੈਠੀ ਨਾ, ਤੇ ਉਹਨੇ ਮੈਨੂੰ ਦੇਖਿਆ, ਤੇ ਮੈਂ ਵੈਸੇ ਹੀ ਦੇਖ ਰਹੀ, ਮੇਰੇ ਜ਼ਿਹਨ 'ਚ ਤੇ ਇਹ ਨਹੀਂ ਕਿ ਮੈਂ ਫਨਕਾਰ। ਜ਼ਿਹਨ 'ਚ ਕੀ ਆ ਸਕਦਾ ਸੀ? ਨਹੀਂ ਮੈਨੂੰ ਇਹ ਨਹੀਂ ਕਿ ਇੱਥੇ ਫਨਕਾਰ ਆ ਮੈਂ, ਤੇ ਕਿਉਂਕਿ ਹੁਣ ਦੁਨੀਆ ਬੜੀ ਵਸੀਹ ਹੋ ਗਈ ਸੋਸ਼ਲ ਮੀਡੀਆ। ਉਹਨੇ ਮੇਰੇ ਵੱਲ ਇਸ਼ਾਰਾ ਕੀਤਾ ਤੇ ਉਹਨੇ ਨਾ ਰੋਲਾ ਪਾ ਤਾ, ਪੁੰਡੇ ਪੁੰਡੇ ਪੁੰਡੇ। ਇਹ ਕੀ ਹੈ? ਪੁੰਡੇ ਉੱਥੇ ਕਹਿੰਦੇ ਨੇ ਖੁਸਰੇ ਨੂੰ। ਅੱਛਾ ਪੁੰਡੇ ਪੁੰਡੇ। ਤੇ ਉਹਨੇ ਨਾ, ਉਹ ਮੇਰਾ ਤੁਸੀਂ ਰੋਲ ਦੇਖਿਆ ਨਾ ਜਿਹੜਾ ਯੂਟਿਊਬ ਤੇ ਵਾਇਰਲ ਹੋਇਆ, ਉਹ ਉਹਨਾਂ ਨੇ ਵੇਖਿਆ ਸੀ, ਉਹਨਾਂ ਯੂਟਿਊਬ ਤੇ ਕੱਢ ਲਿਆ। ਉਹ ਸਾਰੇ ਕਾਊਂਟਰ ਛੱਡ ਕੇ ਇੱਕ ਕਾਊਂਟਰ ਤੇ ਇਕੱਠੇ ਹੋ ਗਏ ਉਸ ਮਾਈ ਨੇ। ਹਾਂ, ਮਾਈ ਨੇ ਸਾਰਿਆਂ ਨੂੰ ਬੁਲਾ ਕੇ ਦਿਖਾ ਰਹੀ ਹੈ ਕਿ ਇਹ ਪੁੰਡੇ। ਵਾਹ ਵਾਹ ਵਾਹ। ਤੇ ਉਹ ਮਿਲੇ ਮੈਨੂੰ, ਉਹਨਾਂ ਨੇ ਕਿਹਾ ਜੀ ਤੁਸੀਂ ਪਾਕਿਸਤਾਨੀ ਐਕਟਰ ਹੋ, ਤੇ ਉਹ ਸਮਾਨ ਨੂੰ ਆਉਂਦੀ ਸੀ ਉਹਨਾਂ ਦੀ ਲੈਂਗੁਏਜ, ਉਹ ਗੱਲ ਕਰਦਾ ਰਿਹਾ ਮੇਰੇ ਤੱਕ, ਪੈਗਾਮ ਪਹੁੰਚਾਉਂਦਾ ਰਿਹਾ। ਉਹ ਬੜੇ ਖੁਸ਼ ਹੋਏ, ਉਹ ਜਿਹੜੇ ਮਾਂ ਹੋ ਰਹੀ ਸਨ ਨਾ, ਉਹ ਕਹਿ ਰਹੇ ਸਨ ਬੇਟਾ ਤੈਨੂੰ ਮਿਲਣ ਦੀ ਮੇਰੀ ਬੜੀ ਖਾਹਿਸ਼ ਸੀ, ਮੈਂ ਦੁਨੀਆਂ 'ਚ ਬੜੇ ਬੜੇ ਪੁੰਡੇ ਵੇਖੇ ਨੇ ਲੇਕਿਨ ਤੇਰੇ ਨਾਲ ਦਾ ਪੁੰਡਾ ਨਹੀਂ ਦੇਖਿਆ। ਮੇਰੇ ਤੁਹਾਡੇ ਨਾਲ ਲੈ ਆਈ ਕੋਈ ਨਹੀਂ, ਤੁਸੀਂ ਬਹੁਤ ਅੱਛਾ ਕੀਤਾ ਰੋਲ। ਅਤੇ ਉਹ ਮਾਈ ਤੁਹਾਨੂੰ ਜਾਣਦੀ ਸੀ? ਉਹ ਮਾਈ ਨੇ ਮੈਨੂੰ ਪਹਿਚਾਣ ਲਿਆ ਸੋਸ਼ਲ ਮੀਡੀਆ ਤੋਂ। ਫਿਰ ਬਲਾਲ ਸਾਹਿਬ, ਮੈਂ ਤਾਂ ਨਹੀਂ ਸੀ ਜਾਣਾ ਮਤਲਬ ਸਿੰਗਾਪੁਰ, ਮੈਂ ਪਾਸਪੋਰਟ ਹੀ ਨਹੀਂ ਲੈ ਕੇ ਆਇਆ। ਉਹ ਮੈਨੂੰ ਕਹਿਣ ਚੱਲੋ, ਮੈਂ ਕਿਹਾ ਨੋ ਪਾਸਪੋਰਟ। ਅਤੇ ਉਹਨਾਂ ਕਿਹਾ ਤੈਨੂੰ ਪਾਸਪੋਰਟ ਦੀ ਕੀ ਲੋੜ ਹੈ, ਚੱਲ। ਉਹਨਾਂ ਨੇ ਇੰਝ ਕਰਕੇ ਕਾਊਂਟਰ ਤੋਂ ਇੱਕ ਪਰਚੀ ਕੱਢੀ ਹੈ, ਉਹ ਮੇਰੀ ਜੇਬ 'ਚ ਪਾ ਦਿੱਤੀ। ਉਹਨਾਂ ਕਿਹਾ ਜਿਹੜਾ ਕੋਈ ਕਵੇ ਤਾਂ ਉਹਨੂੰ ਵਹਾ ਦੇ। ਅਤੇ ਇੰਝ ਕਰਕੇ ਮੈਂ ਸਿੰਗਾਪੁਰ ਵੀ ਘੁੰਮ ਆਇਆ ਬਗੈਰ ਵੀਜ਼ੇ ਤੋਂ, ਬਗੈਰ ਕਿਸੇ ਗੱਲ ਤੋਂ। ਬੜੀ ਗੱਲ ਹੈ ਬਲਾਲ ਸਾਹਿਬ। ਨਹੀਂ ਉਹ ਤੁਹਾਡੇ ਕੋਲ ਮਤਲਬ ਟਿਕਟ ਵੀ ਨਹੀਂ, ਪਾਸਪੋਰਟ ਵੀ ਨਹੀਂ, ਕੁਛ ਵੀ ਨਹੀਂ ਹੈ, ਬਸ ਸਿਰਫ ਪੁੰਡੇ ਤੋਂ ਹੀ ਤੁਸੀਂ ਟੁਰ ਗਏ। ਪੁੰਡੇ ਤੋਂ ਉਹਨਾਂ ਰੋਲ ਦੇਖਿਆ ਸੀ ਬਲਾਲ ਸਾਹਿਬ, ਬੜਾ ਉਹਨਾਂ ਨੂੰ ਉਹ ਰੋਲ ਤੇ ਵੇਖਿਆ, ਤੇ ਆਪਣੇ ਕਾਨੂੰਨ ਭੁੱਲ ਗਏ ਉਹ ਸਾਰੇ, ਹਰ ਸ਼ੈ ਭੁੱਲ ਗਏ ਜੀ। ਆਰਟਿਸਟ ਦੀ ਇੰਨੀ ਵੈਲਿਊ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸਾਂ, ਪਾਕਿਸਤਾਨੀ ਐਕਟਰ ਸਟੇਜ ਐਕਟਰ ਦੀ ਇੰਨੀ ਵੈਲਿਊ ਹੈ। ਬੜੀ ਵੈਲਿਊ ਜੀ, ਬੜੀ ਵੈਲਿਊ। ਮੈਂ ਮੰਨਣਾ ਜੀ, ਮੈਂ ਤਾਂ ਅੱਜ ਤੇ ਤੁਹਾਨੂੰ ਕਿਹਾ ਕੀ ਹਾਲ ਚਾਲ ਹੈ ਤੁਹਾਡਾ। ਅੱਲਾ ਦਾ ਸ਼ੁਕਰ ਜੀ, ਤੁਸੀਂ ਤੇ ਖਾਓ ਫਰੂਟ ਸ਼ੂਟ ਤੇ ਖਾਓ। ਖਾ ਰਹੇ ਹੋ, ਤੁਸੀਂ ਵੀ ਖਾਓ। ਬੜੀ ਮਿਹਰਬਾਨੀ ਜਨਾਬ, ਅਸਲਾਮ ਵਾਲੇਕੁਮ ਭਾਅ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ।